ਸਰੇਮ ਭਾਜੀ ਧੱਕਾ, ਸਰੇਮ ਧੱਕਾ ਕਰ ਰਿਹਾ ਕਰੋ। ਮੇਰੀ ਸਿਸਟਰ ਹੀ ਜੋੜਾ ਫੜ ਗਿਆ ਭਰਿਆ ਉਹਨਾਂ ਨੇ ਸਪੇਸ਼ ਨਗਰ। ਮੇਰੀ ਸਿਸਟਰ ਹੀ ਭਾਜੀ ਅੱਜ ਤੋਂ 5 ਕੁ ਦਿਨ ਪਹਿਲੇ ਭਾਜੀ ਇਹਨਾਂ ਕੋਲ ਆਏ ਆਪਾਂ, ਉਹਦੇ ਪੇਟ ਦੇ ਵਿੱਚ ਭਾਜੀ ਪੱਥਰੀ ਸੀ, ਆਪਾਂ ਇਲਾਜ ਕਰਾਉਣ ਇਹਨਾਂ ਕੋਲ ਆਏ ਹਾਂ ਅਤੇ ਵਿੱਚ ਉਹਨਾਂ ਦੇ ਕਹਿੰਦੇ ਕਿ ਇਹਨੂੰ ਜੋਂਡੀਅਸ ਹੋ ਗਿਆ, ਪੀਲੀਆ ਹੋ ਗਿਆ, ਵਿੱਚ ਪੀਲੀਆ ਹੋ ਗਿਆ, ਅਤੇ ਕਹਿੰਦੇ ਅਸੀਂ ਸਟੰਟ ਪਾਉਣਾ, ਆਪਾਂ ਪੀਲੀਆ ਰੋਕਣਾ, ਉਸ ਤੋਂ ਬਾਅਦ ਇਹਨੂੰ ਹੱਥ ਪਾਉਣਾ, ਇਹਦਾ ਆਪਰੇਟ ਕਰਨਾ। ਠੀਕ ਹੈ ਜੀ, 20 ਸਾਲ ਉਹਦੀ ਉਮਰ ਹੈ ਕੇਸਰ ਦੀ। ਆਪਾਂ ਕਿਹਾ ਚਲੋ ਠੀਕ ਹੈ ਜੀ, ਸਟੰਟ ਪਾਓ ਤੁਸੀਂ। ਇਹਨਾਂ ਨੇ ਸਟੰਟ ਪਾਇਆ, ਮੈਡਮ ਗਏ ਆ ਐਮਰਜੈਂਸੀ 'ਚ, ਬੈਗ ਜਿਹਾ ਲੈ ਕੇ 5 ਮਿੰਟ ਗਏ ਆ, ਨਾਲ ਹੀ ਉਹ ਬਾਹਰ ਆ ਗਏ ਆ। ਕਹਿੰਦੇ ਜੀ ਹੋ ਗਿਆ, 2 ਦਿਨ ਰੱਖਿਆ, ਉਹਨਾਂ ਨੇ ਛੁੱਟੀ ਕਰਤੀ, ਘਰ ਭੇਜਤਾ, ਘਰ ਗਏ ਆ, ਉਹ ਠੀਕ ਸੀ, ਨੋਰਮਲ ਸੀ। ਉਸ ਤੋਂ ਬਾਅਦ ਸਾਡੇ ਲਾਗੇ ਕਲੀਨਿਕ ਹੈ, ਉਹਨੂੰ ਫਿਰ ਪੇਨ ਹੋਈ ਹੈ, ਉੱਥੇ ਕਲੀਨਿਕ ਲੈ ਕੇ ਗਏ ਆ, ਉਹਨਾਂ ਨੇ ਇੰਜੈਕਸ਼ਨ ਇੰਜੁਕਸ਼ਨ ਦਿੱਤੇ, ਉਹਦੀ ਪੇਨ ਰਿਲੀਫ ਹੋਈ ਆ। ਆਪਾਂ ਫਿਰ ਇਹਦਾ ਐਕਸਰੇ ਕਰਾਇਆ, ਪੀਲੀਆ ਨਹੀਂ ਕੱਢਣ ਦਿਆ, ਐਕਸਰੇ ਕਰਾਇਆ, ਉਹਦੇ ਵਿੱਚ ਕਹਿੰਦੇ ਆ ਕਿ ਸਟੰਟ ਨਹੀਂ ਹੈਗਾ, ਇਹਨਾਂ ਨੇ ਸਟੰਟ ਨਹੀਂ ਪਾਇਆ, ਸਾਡੇ ਕੋਲ ਧੋਖੇ ਨਾਲ ਪੈਸੇ ਲੈ ਲਿਆ। ਠੀਕ ਹੈ ਜੀ, ਫਿਰ ਇਹਨਾਂ ਨੂੰ ਕਾਲ ਕੀਤੀ ਹੈ, ਕਹਿੰਦੇ ਆ ਪੈਸੇ ਲਿੱਤੇ ਤੁਹਾਡੇ ਕੋਲ? ਇਹਨਾਂ ਨੇ ਸਾਡੇ ਕੋਲ ਪਹਿਲੇ 50,000 ਲਿਆ ਭਾਜੀ। ਅੱਛਾ, ਕਿਹੜਾ ਹਸਪੀਟਲ ਕਿਹੜਾ ਹੈ? ਲੀਵਰ ਹਸਪੀਟਲ ਭਾਜੀ, ਸੈਲੀਬ੍ਰੇਸ਼ਨ ਮੋਲ ਦੇ ਲੱਗੇ, ਲੀਵਰ ਹਸਪੀਟਲ। ਅੱਛਾ, ਇਹਨਾਂ ਵੱਲੋਂ ਤੁਹਾਨੂੰ ਕਿਹਾ ਗਿਆ ਵੀ ਇਹੀ ਸਟੰਟ ਪਾਇਆਗਾ? ਹਾਂਜੀ, ਇਹਨਾਂ ਵੱਲੋਂ ਉਹਨੂੰ ਕਿਹਾ ਗਿਆ ਸਟੰਟ ਪਾਇਆ, ਪਰ ਐਕਸਰੇ ਰਿਪੋਰਟਸ ਹੈ ਇਹਦੇ ਵਿੱਚ ਭਾਜੀ ਸਟੰਟ ਨਹੀਂ ਬੋਲਦਾ ਪਿਆ, ਰਿਪੋਰਟਸ ਮੇਰੇ ਕੋਲ ਸਾਰੀ ਆਈ ਆ। ਦੂਜੇ ਡਾਕਟਰ ਵੀ ਕਹਿੰਦੇ ਪਏ ਆ, ਬਾਹਰ ਦੇ ਡਾਕਟਰ ਵੀ ਕਹਿੰਦੇ ਸਟੰਟ ਨਹੀਂ ਪਿਆ, ਉਹ ਚੈਲੰਜ ਕਰਦੇ ਪਏ ਆ, ਕਹਿੰਦੇ ਸਟੰਟ ਨਹੀਂ ਪਿਆ ਅਜੇ ਅੰਦਰ, ਸਟੰਟ ਪਿਆ ਤਾਂ ਇਹਨਾਂ ਦੱਸੋ ਕਿੱਥੇ ਪਿਆ। ਠੀਕ ਹੈ ਜੀ, ਉਹ ਸਵੇਰੇ ਲੈ ਕੇ ਆਏ ਆ, ਸਵੇਰੇ ਦਾ ਐਕਸਰੇ ਕਰਾਇਆ, ਪਹਿਲੇ ਨੋਰਮਲ ਸੀ, ਐਕਟੀਵਾ ਤੋਂ ਭਾਗ ਲੈ ਕੇ ਆਏ, ਕੋਈ ਐਂਬੂਲੈਂਸ ਨਹੀਂ ਆਏ, ਕੋਈ ਆਪਾਂ ਨੂੰ ICU 'ਚ ਨਹੀਂ ਰੱਖਿਆ ਰਾਤੀ, ਸਵੇਰੇ ਆਏ ਨੋਰਮਲ ਸੀ। ਇੱਥੇ ਗੇਟ ਚੜ੍ਹੇ ਆ, ਗੇਟ ਚੜ੍ਹੇ ਇਹਨਾਂ ਦਾ, ਇਹ ਕਹਿੰਦੇ ਆ ਜੀ ਉਹਨੂੰ ਸਾਹ ਨਹੀਂ ਆ ਰਹੇ, ਸਾਹ ਨਹੀਂ ਆ ਰਹੇ, ਉਹਨੂੰ ICU 'ਚ ਲੈ ਕੇ ਜਾਣਾ, 50,000 ਜਮ੍ਹਾਂ ਕਰਾ ਦਿਓ। ਆਪਾਂ ਭਾਜੀ 50,000 ਰੁਪਏ ਅੱਗੇ ਫੜ ਕੇ ਜਮ੍ਹਾਂ ਕਰਾ ਦਿੱਤਾ, ਜਮ੍ਹਾਂ ਕਰਵਾ ਦਿੱਤਾ। ਉਸ ਤੋਂ ਬਾਅਦ ਜੀ ਉਹਨੂੰ ਸਾਹ ਨਹੀਂ ਆ ਰਹੇ, ਇਹ ਨਹੀਂ ਹੋ ਰਿਹਾ, ਟੋਟਲ ਕਿੰਨੇ ਪੈਸੇ ਲਿੱਤੇ ਇਹਨਾਂ ਨੇ ਭਾਜੀ? ਇਹਨਾਂ ਨੂੰ ਆਪਾਂ 1.5 ਲੱਖ ਰੁਪਇਆ ਟੋਟਲ ਦੇ ਚੁੱਕੇ ਹਾਂ। ਅੱਛਾ, ਉਹਨਾਂ ਨੂੰ ਕਹਿੰਦੇ 50,000 ਹੋਰ ਦਿਓ। ਅੱਛਾ, ਤੇ ਤੁਹਾਨੂੰ ਫੇਰ ਆਪਾਂ ਲਾਸ਼ ਦੇਣੀ ਆ। ਅੱਛਾ ਅੱਛਾ ਅੱਛਾ, ਹਾਂਜੀ, ਡੈਥ ਹੋ ਗਈ ਭਾਜੀ, ਡੈਥ ਕਲੇਅਰ ਕਰਦਾ ਇਹਨਾਂ ਕੋਲ ਭਾਜੀ। ਬਾਹਰੋਂ ਜਿਹੜੇ ਵੀ ਆ ਰਹੇ ਆ, ਹਰ ਕੋਈ ਇਹਨਾਂ ਬਾਰੇ ਮਾੜਾ ਹੀ ਬੋਲਦਾ ਪਿਆ, ਕਹਿੰਦਾ ਭਾਜੀ ਇਹਨਾਂ ਕੋਲ ਲਾਸ਼ ਨਹੀਂ ਹੈਗਾ, ਲੀਵਰ ਦਾ ਸਪੈਸ਼ਲਿਸਟ ਹੈ, ਐਸੀ ਦਾ ਇਲਾਜ ਨਹੀਂ ਹੈਗਾ। ਆਪਾਂ ਸਕੋਟ ਗਏ ਹਾਂ, ਸਕੋਟ ਵਾਲੇ ਵੀ ਇਹੀ ਬੋਲਦੇ ਪਏ ਆ, ਕਹਿੰਦੇ ਭਾਜੀ ਇਹਨਾਂ ਕੋਲ ਇਲਾਜ ਨਹੀਂ ਹੈਗਾ, ਤੁਸੀਂ ਗਲਤ ਜਗ੍ਹਾ ਚਲ ਗਏ, ਤੁਹਾਡਾ ਇਸ ਕਰਕੇ ਇਹਨਾਂ ਨੇ ਇਹ ਕੰਮ ਕਰਤਾ, ਸਾਡੀ ਭੈਣ ਇਹਨਾਂ ਨੇ 20 ਸਾਲ ਦੀ ਡੈਥ ਕਰਤੀ ਹੈ ਭਾਜੀ। ਕਿ ਪੇਸ਼ੈਂਟ ਤੁਹਾਡਾ ਬਹੁਤ ਸੀਰੀਅਸ ਹੈਗਾ, ਇਸਨੂੰ ਆਪਣਾ ICU ਦਾਖਲ ਕਰਨਾ ਪਏਗਾ, ਉਹ ਹਰ ਗੱਲ ਵਾਸਤੇ ਰਾਜੀ ਹੋ ਗਏ ਕਿ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਹਰ ਕੋਸਟ ਦੇ ਉੱਤੇ। ਅਸੀਂ ਇਹਨੂੰ ICU 'ਚ ਰੱਖਿਆ, ਵੈਂਟੀਲੇਟਰ 'ਚ ਰੱਖਿਆ, ਐਨਸੀਜ਼ੀਆ ਵਾਲੇ 2 ਬੰਦੇ ਉਹਨਾਂ ਨੂੰ ਆ ਕੇ ਦੇਖ ਕੇ ਗਏ, ਪਰ ਉਹਦਾ ਬਲੱਡ ਪ੍ਰੈਸ਼ਰ ਅਤੇ ਉਹਦਾ ਸਾਹ ਠੀਕ ਨਹੀਂ ਹੋਇਆ। ਇਹਨਾਂ ਦੇ ਅਟੈਂਡੈਂਟ ਨੂੰ ਦੱਸਿਆ ਗਿਆ ਕਿ ਪੇਸ਼ੈਂਟ ਨੂੰ ਸ਼ਿਫਟ ਕਰ ਦਿੱਤਾ ਜਾਵੇ ਸਪੋਟ ਦੇ ਵਿੱਚ, ਇਹਦੇ ਵਾਸਤੇ ਉਹ ਰਾਜੀ ਹੋ ਗਏ, ਉਹ ਲੈ ਕੇ ਜਾ ਰਹੇ ਤੋਂ ਪਹਿਲੇ ਕਿ ਉਹ ਪੇਸ਼ੈਂਟ ਜੇ ਲੈ ਜਾ ਸਕਣ ਅਤੇ ਉਹ ਐਕਸਪਾਇਰ ਕਰ ਗਿਆ ਪੇਸ਼ੈਂਟ। ਸਰ, ਡਾਕਟਰ ਵਰਕ ਮੈਂਬਰਾਂ ਦਾ ਕਹਿਣਾ ਕਿ ਉਹਨੂੰ ਪੱਥਰੀ ਦੀ ਸ਼ਿਕਾਇਤ ਸੀ, ਸਟੰਟ ਪਾਇਆ ਬਟ ਸਟੰਟ ਵਿੱਚੋਂ ਨਿਕਲਿਆ ਨਹੀਂ ਆ। ਉਸ ਸਟੰਟ ਤਾਂ ਅਸੀਂ ਪਾਇਆ ਹੈਗਾ, ਨਹੀਂ ਨਿਕਲਿਆ ਤੁਹਾਨੂੰ ਸਾਨੂੰ ਨਹੀਂ ਪਤਾ ਨਾ, ਅਸੀਂ ਤਾਂ ਰਿਪੋਰਟ ਕੀਤੀ ਉਹਨਾਂ ਕੋਲ, ਕੋਲ ਹੈਗੀ ਉਹਨਾਂ ਕੋਲ। ਸਰ, ਕੀ ਜਾਇਜ਼ ਹੈ ਕਿ ਤੁਸੀਂ ਸਟੰਟ ਪਾਇਆ ਤੇ ਸਟੰਟ? ਹਾਂਜੀ ਹਾਂਜੀ, ਪਾਇਆ ਜੀ, ਉਹਨਾਂ ਕੋਲ ਫੋਟੋ ਰਿਪੋਰਟ ਹੈਗੀ ਉਹਨਾਂ ਕੋਲ। ਬਿਲਕੁਲ ਨਹੀਂ, ਬਹੁਤ ਸੀਰੀਅਸ ਸੀਗਾ, ਉਸ ਪਸ ਪਈ ਪਹਿਲੇ ਦਿਨ ਤੋਂ ਹੀ, ਉਹਨੂੰ ਜਦੋਂ ਸਟੰਟ ਪਾਇਆ ਗਿਆ
ਉਸ ਤੋਂ ਬਾਅਦ ਉਹ ਲਾਪਤਾ ਹੋ ਗਈ ਉਹਨਾਂ ਟ੍ਰੀਟਮੈਂਟ ਠੀਕ ਕਰਾਇਆ ਸਰ ਮੁਸ਼ਕਲ ਕੀ ਸੀ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਸੈਪਟੀਸੀਮੀਆ ਸੀ ਜੀ ਜ਼ਹਿਰਵਾਦ ਹੋ ਗਈ ਸੀ ਪਸ ਪਈ ਹੋਈ ਸੀ ਪਹਿਲੇ ਦਿਨ ਤੋਂ ਹੀ ਉਸਨੂੰ ਤੇ ਅੰਦਰ ਉਹਦੇ ਬਲੱਡ ਅੰਦਰ ਵੀ ਸਾਰਾ ਜ਼ਹਿਰਵਾਦ ਹੋ ਗਿਆ ਤੇ ਉਹਦੇ ਅੰਦਰ ਫੈਲ ਗਿਆ ਇਸ ਸੰਬੰਧੀ ਤੁਸੀਂ ਪੇਰੈਂਟਸ ਨੂੰ ਉਹਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਪਹਿਲੇ ਦਿਨ ਤੋਂ ਦੱਸਿਆ ਪਹਿਲੇ ਦਿਨ ਤੋਂ ਨਾਮ ਕੀ ਸਾਮ ਦੱਸ ਦੋ ਕੁਸਮ ਨਾਮ ਕੇਸਰੀ 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 ਤੁਹਾਡਾ ਨਾਮ ਕੀ ਸਰ ਹਰਪ੍ਰੀਤ ਸਿੰਘ ਜੀ ਹਸਪੀਟਲ ਹੈ ਜੀ ਹਾਂਜੀ ਹਾਂਜੀ ਕੀ ਮਸਲਾ ਹੈਗਾ ਸਰ ਜਿਹੜਾ ਇਹਨਾਂ ਦਾ ਮਸਲਾ ਤੇ ਡਾਕਟਰ ਸਾਹਿਬ ਕੋਲ ਗਏ ਆਹੀਂ ਪੁੱਛਿਆ ਡਾਕਟਰ ਸਾਹਿਬ ਕਹਿੰਦੇ ਪੇਸ਼ੈਂਟ ਜਿਹੜਾ ਸੁਬਾ ਸੀਰੀਅਸ ਆਇਆ ਸੀ ਸਾਡੇ ਕੋਲ ਮਤਲਬ 8-9 ਵਜੇ ਨਾਲ ਇੱਥੇ ਦਾਖਲ ਹੋਇਆ ਜਿਹਨਾਂ ਦੀ ਦਰਾਨੇ ਇਲਾਜ ਜਿਹੜੀ ਹੈ ਡੈਥ ਹੋ ਗਈ ਇਹਨਾਂ ਵੱਲੋਂ ਸਰ ਮੈਂਬਰਾਂ ਦਾ ਆਰੋਪ ਹੈ ਕਿ ਸਟੰਟ ਪਾਇਆ ਸੀ ਉਹਦੇ ਕੋਲ ਸਟੰਟ ਨਹੀਂ ਪਿਆ ਨਿਕਲਿਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ ਸਰ ਐਕਸਰਾ ਦਿਖਾ ਰਹੇ ਕਹਿ ਰਹੇ ਉਹ ਸਟੰਟ ਹੀ ਨਹੀਂ ਹੈਗਾ ਇਹਨਾਂ ਵੱਲੋਂ ਪਾਇਆ ਗਿਆ ਕਿਉਂਕਿ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਸਰ ਜੀ ਇੱਕ ਛੋਟੀ ਜਿਹੀ ਬੇਨਤੀ ਸਰ ਪਰਚਾ ਮਿਲੇਗਾ ਜੀ ਹਾਂ ਜੀ ਪਰਚਾ ਸਾਫ ਮਿਲੇਗਾ ਤਾਂ ਸਾਫ ਦੇਖੋ ਕੋਈ ਗੱਲ ਨਹੀਂ ਸਾਹਮਣੇ ਹੁੰਦੀ ਹੈ ਤੇ ਉਹਨੂੰ ਮਿਲੋ ਤਾਂ ਕੋਈ 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 ਕੰਪਲੇਟ ਨਹੀਂ ਆਈ ਸਰ ਇੱਕ ਮਿੰਟ ਪਰਿਵਾਰਕ ਮੈਂਬਰਾਂ ਦਾ ਕਹਿਣਾ ਕੁੜੀ ਜਿਹੜੀ ਐਕਟਿਵਾ ਚੰਗੀ ਭਲੀ ਆਈ ਆ ਹਾਂਜੀ ਡਾਕਟਰਾਂ ਨੇ ਕੀ ਆਖਿਆ ਕਿ ਉਹਨਾਂ ਦੀ ਲਾਪਰਵਾਹੀ ਇਹ ਬਾਰੇ ਮੈਨੂੰ ਪਤਾ ਵੀ ਐਕਟਿਵ ਹੈ ਡਾਕਟਰਾਂ ਨੇ ਇਹ ਮੈਨੂੰ ਦੱਸਿਆ ਵੀ ਅਗਰ ਕੋਈ ਡਾਕਟਰ ਦੋਸ਼ੀ ਪਾਇਆ ਗਿਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਉਹ ਮੰਨਦੀ ਕੋਈ ਨਹੀਂ ਕਾਰਵਾਈ ਹੋਊਗੀ ਸਰ ਕਿਹੜਾ ਹਸਪਤਾਲ ਹੈਗਾ ਸੀ ਜੀ ਕਿ ਕਿਸ ਨਾਲ ਦਾ ਹਸਪੀਟਲ ਹੈ ਇੱਥੇ ਇਹ ਡਾਕਟਰ ਹਰਪ੍ਰੀਤ ਸਿੰਘ ਹੋਣਾ ਦਾ ਹੈ ਜੀ ਹਸਪਤਾਲ ਠੀਕ ਹੈ ਜੀ ਹਾਂਜੀ